पास हम कहेंगे देखो आप जाल लाके जा सकते हैं पर मजबूरी आ संगत जी आ देखो गुरु साहब के पावन सरूप थले आ रखे उपर इन्होंने अपनी रहायश बनाई हुई रहने वास्ते थले गुरु साहब के पावन सरूप अमरीक दस कढ के आ जा अंदर संगत जी दसो गुरु साहब सूपा ने उपर पे है जोड़े ओ तुम थले थले तक ले सकते हो वाहेगुरु जी का खालसा वाहेगुरु जी की फतेह राजस्थान सिंह सभा गुरुद्वारा तुम दस दे थले सुखासन बने उपर जो भइए रहेंगे उपर उपर देखो संगत जी उपर जाके देखो गुरु घर सिंह सभा वाहेगुरु जी गुरुद्वारा कमेटी को चाहिए मर्यादा नु कायम रखना गुरुद्वारा च कमेटी जी लैन देनी है साहब पर मजबूरी आ संगत जी आ देखो गुरु साहब के पावन सरूप थले आ रखे उपर इन्होंने अपनी रहायश बनाई हुई रहने वास्ते थले गुरु साहब के पावन सरूप आ अमरीक दस कढ के आ जा अंदर असंग जी दसो कढ जी बोल एक गुरु साहब सरूपा ने उपर पे है जोड़े ओ तुम थले थले तक ले सकते हो ये तहन पता नहीं थले मारा सरूप है पता लगे तहन सरदार हो गए तहन पता नहीं लगा है थले की है महाराज का चल बार आ चल बार आ थले देख जोड़े थले गल पाया संग ही देखो थले बूटा ना भरे है हर एक थले बूट रखे है संग जी आ रहे उपर ये उपर सुटे के गुरु साहब के सरूपा के उपर है संगत जी आपा भी अंदर आए हैं चलो सानू महाराज माफ कर थले सुखासन उपर कमरे च देखो आ हाल है इन्हां दा ये सेवा कर रहे आ इन्हां दे प्रबंधक आ इन्हां नाल गल करदे हां आपां वाहेगुरु जी का खालसा संगत जी सरूप वाहेगुरु जी का खालसा Thank you.
ਆਪਾਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ ਨਾ, ਬਹੁਤ ਕਰਦੇ ਕਰਨਾ ਚਾਹੀਦਾ। ਤੁਸੀਂ ਇਹ ਦੇਖੋ ਥੱਲੇ ਗੁਰੂ ਸਾਹਿਬ ਦੇ ਸਰੂਪ ਆ ਤੇ ਉੱਪਰ ਰਹਿੰਦੇ ਆ ਜੁੱਤੀਆਂ ਪਰ, ਉਹ ਕੀ ਇਹਦਾ ਸਹੀ ਆ? ਪੀੜੇ ਦੇ ਥੱਲੇ ਬੈਡ ਦੇ ਥੱਲੇ ਪਲੰਘ ਸਾਹਿਬ ਦੇ ਥੱਲੇ ਸੌਂਦੇ ਹੁੰਦੇ ਸੀ ਗੁਰੂ ਅਰਜਨ ਪਾਤਸ਼ਾਹ, ਇੰਨਾ ਸਤਿਕਾਰ ਕਰਦੇ ਸੀ ਮਹਾਰਾਜ ਦਾ। ਤੇ ਅੱਜ ਆਪਾਂ ਸਤਿਕਾਰ ਹੀ ਨੀ ਕਰਨ ਦੇ? ਨਹੀਂ ਬਾਬਾ ਜੀ, ਤੁਸੀਂ ਨੀ ਕਹਿ ਸਕਦੇ, ਗ੍ਰੰਥੀ ਸਿੰਘ ਆ ਤੁਸੀਂ? ਹਾਂਜੀ, ਤੁਸੀਂ ਨੰਬਰ ਦਿਓ ਪ੍ਰਧਾਨ ਦਾ ਸਾਨੂੰ, ਦਿਓ ਬਾਬਾ ਜੀ ਨੰਬਰ, ਦਿਓ ਨੰਬਰ ਦੇਖ ਜੁੱਤੀਆਂ ਪਾਈਆਂ ਉਸਦੇ ਉੱਤੇ ਸੁੱਤੇ ਆ, ਤਾਂ ਉੱਤੇ ਜੁੱਤੀਆਂ ਰੱਖੀਆਂ ਦਰਬਾਰ ਸਾਹਿਬ ਜਾਂਦੇ ਹਾਂ ਉੱਥੇ ਜੋ ਮਹਾਰਾਜ ਸੋਖਾ ਨੇ ਦੱਸਿਆ ਤੁਸੀਂ ਧੱਕੇ ਮਾਰਦੇ, ਕਿੰਨਾ ਸਤਿਕਾਰ ਕਰਦੇ ਮਹਾਰਾਜ ਦਾ। ਤੇ ਜੇ ਆਪਾਂ ਸੰਗਤ ਹੋ ਗਿਆ ਆਪਾਂ ਇੱਥੇ ਸਤਿਕਾਰ ਨੂੰ ਦੇਣਾ, ਫਿਰ ਕਿੰਨੇ ਦੇਣਾ? ਜੇ ਆਪਾਂ ਨਾ ਬੋਲੇ ਕਿੰਨੇ ਬੋਲਣਾ? ਨਹੀਂ ਮਹਾਰਾਜ ਬਾਜ ਜੀ, ਆਪਾਂ ਖੁਦ ਆਪਾਂ ਮਰਿਆਦਾ ਕਰਨ ਲੈ, ਅਸੀਂ ਰਾਤੀ ਉੱਥੇ ਸੁੱਤੇ ਸੀ, ਸਾਡਾ ਜੀ ਨਹੀਂ ਕਰਦਾ ਵੀ ਤੁਹਾਨੂੰ ਪੈਰ ਲਾ ਕੇ ਇੱਧਰ ਕਰਕੇ ਸੁੱਤੇ ਆ, ਵੀ ਮਹਾਰਾਜ ਦੀ ਹਾਜ਼ਰ ਨਾਜ਼ਰ ਗੁਜ਼ਰੂ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਜੀ, ਸਿੰਘ ਸਭਾ ਗੁਰਦੁਆਰਾ ਰਾਜਸਥਾਨ ਵਿੱਚ ਪੈਂਦਾ ਇਹ, ਜੋਧਪੁਰ, ਜੋਧਪੁਰ ਵਿੱਚ। ਇੱਥੇ ਆਪਾਂ ਦੇਖਿਆ ਤੇ ਸਾਨੂੰ ਅੱਜ ਪਤਾ ਲੱਗਾ, ਆਪਾਂ 2 ਦਿਨ ਇੱਥੇ ਰਹੇ ਹਾਂ, ਸਾਨੂੰ ਅੱਜ ਪਤਾ ਲੱਗਾ ਵੀ ਸੋਖਾ ਸਿੰਘ ਕਿੱਥੇ ਹੈ ਇੱਥੇ। ਜਦੋਂ ਆਪਾਂ ਦੇਖਿਆ ਤੇ ਥੱਲੇ ਸੋਖਾ ਸਿੰਘ ਇੱਧਰ ਬਣਿਆ ਸੀ, ਤੇ ਇੱਥੇ ਜਿਹੜੀ ਕਮੇਟੀ ਨੇ ਜਿਹੜੇ ਹੈਗੇ ਆ ਗੁਰਦੁਆਰਾ ਸਾਹਿਬ ਦੇ ਕਮਰੇ ਉਹ ਕਿਰਾਏ ਦੇ ਦਿੱਤੇ ਆ, ਜਿਹੜੇ ਸੇਵੇਦਾਰਾਂ ਨੂੰ ਜਿਹੜੇ ਕਮਰੇ ਆ ਛੋਟੇ ਛੋਟੇ ਕਮਰੇ ਉਹ ਗੁਰੂ ਸਾਹਿਬ ਦੇ ਸੋਖਾ ਸਿੰਘ ਦੇ ਉੱਪਰ ਕਮਰਾ ਦਿੱਤਾ ਆ। ਇਹ ਤੁਸੀਂ ਨਾਲ ਦੇਖ ਲਓ ਵੀਡੀਓ ਵਿੱਚ ਕਿੰਨੀਆਂ ਜੁੱਤੀਆਂ ਬੂਟ ਅੰਦਰ ਪਾ ਕੇ ਉੱਪਰ ਘੁੰਮਦੇ ਆ, ਤੇ ਗੁਰੂ ਸਾਹਿਬ ਦਾ ਸਤਿਕਾਰ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਜੀ ਕਿੱਦਾਂ ਕਰਦੇ ਸੀ? ਗੁਰੂ ਅਰਜਨ ਪਾਤਸ਼ਾਹ ਜੀ ਕੋਠਾ ਸਾਹਿਬ ਵਿੱਚੋਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਸਵੇਰੇ ਡੇਲੀ ਪ੍ਰਕਾਸ਼ ਸੁਖਾਸਨ ਹੁੰਦੇ ਆ, ਉੱਥੋਂ ਸਰੂਪ ਮਹਾਰਾਜ ਦਾ ਕੋਠਾ ਸਾਹਿਬ ਤੋਂ ਆਉਂਦਾ ਦਰਬਾਰ ਸਾਹਿਬ ਵਿੱਚ ਸਵੇਰੇ ਪ੍ਰਕਾਸ਼ ਹੁੰਦਾ, ਕਿੰਨਾ ਆਪਾਂ ਸਤਿਕਾਰ ਨਾਲ ਆਪਾਂ ਪਾਲਕੀ ਸਾਹਿਬ ਤੇ ਗੁਰੂ ਸਾਹਿਬ ਨੂੰ ਲੈ ਕੇ ਆਉਂਦੇ ਹਾਂ, ਬੜੇ ਸਤਿਕਾਰ ਆ। ਪਰ ਇੱਥੇ ਸਾਡਾ ਜਿਹੜਾ ਗੁਰੂ ਘਰਾਂ ਸਤਿਕਾਰ ਹੀ ਹੈ ਨੀ ਮਹਾਰਾਜ ਦਾ, ਬਿਲਡਿੰਗਾਂ ਬਣਾਉਣੀਆਂ ਸੋਹਣੀਆਂ ਸੋਹਣੀਆਂ। ਸੋ ਸੰਗਤ ਜੀ, ਪ੍ਰਧਾਨ ਨਾ ਪ੍ਰਧਾਨ ਕਿਤੇ ਬਾਹਰ ਗਿਆ, ਸਾਡੀ ਇਹਦੀ ਖੂਨ ਚ ਗੱਲ ਹੋਈ ਹੈ, ਇਹ ਸਾਰੀ ਸੰਗਤ ਖੜੀ ਹੈ ਇੱਥੇ। ਇਹਨਾਂ ਨੂੰ ਦੱਸਤਾ ਵੀ ਤੁਸੀਂ ਜਿਹੜਾ ਹੁਣ ਉਹ ਕਮਰੇ ਚ ਨਹੀਂ ਰਹਿਣਾ, ਤੁਹਾਨੂੰ ਕਮਰਾ ਆਪਾਂ ਇੱਧਰ ਖੋਲ ਦਿੱਤਾ ਉਹਦਾ, ਉੱਥੇ ਤੁਸੀਂ ਰਹੋਗੇ। ਤੇ ਜੇ ਨਾ ਇਹ ਪ੍ਰਧਾਨ ਕਮੇਟੀ ਮੰਨੀ ਤੇ ਆਪਾਂ ਜਿਹੜੀ ਇੱਥੇ ਹੀ ਆ, ਸਵੇਰੇ ਆਵਾਂਗੇ ਇੱਥੇ ਤੇ ਫਿਰ ਜਿਹੜੀ ਕਾਰਵਾਈ ਆਪਾਂ ਜ਼ਰੂਰ ਕਰਾਂਗੇ। ਪ੍ਰਧਾਨ ਨੇ ਵੈਸੇ ਸਾਨੂੰ ਫੋਨ ਵਿੱਚ ਗੱਲ ਕਰ ਦਿੱਤੀ ਆ, ਰਿਕਾਰਡ ਉਹਨਾਂ ਦੀ ਗੱਲ ਹੋ ਗਈ ਆ ਵੀ ਉਹ ਕਹਿੰਦੇ ਵੀ ਜਿਹੜਾ ਆ ਕੱਲ ਨੂੰ ਕਮਰਾ ਆਪਾਂ ਬੰਦ ਕਰ ਦਿੱਤਾ ਜਾਵੇਗਾ। ਧੰਨਵਾਦ ਆ ਇਹਨਾਂ ਦਾ ਜਿਹੜੀ ਸਾਡੀ ਇਹਨਾਂ ਨੇ ਚਲੋ ਬੇਨਤੀ ਸਾਡੀ ਮੰਨੀ ਆ, ਪਰ ਇਹ ਨਾ ਆਪਾਂ ਚੱਲ ਜਾਈਏ ਕੱਲ ਪਰਸੋਂ ਫੇਰ ਕਮਰਾ ਖੋਲ ਦੇਣ, ਕਿਉਂਕਿ ਆਪਾਂ 2-4 ਦਿਨ ਇੱਥੇ ਹੀ ਆ। ਠੀਕ ਆ ਸੰਗਤ ਜੀ, ਉਹ ਕਮਰਾ ਤੁਹਾਡਾ, ਉੱਥੇ ਤੁਸੀਂ ਰਹੋ, ਉੱਥੇ ਨਹੀਂ ਰਹਿਣਾ ਤੁਸੀਂ। ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਖਾਲਸਾ ਜੀ, ਅਸੀਂ ਉਸ ਮਸਲੇ ਵਿੱਚ ਇੱਥੇ ਆਏ ਸੀ ਆਪਣੇ ਰਾਜਸਥਾਨ ਵਿੱਚ, ਤੇ ਅੱਜ ਜਦੋਂ ਅਸੀਂ ਸਿੰਘ ਸਭਾ ਗੁਰਦੁਆਰੇ ਵਿੱਚ ਰਾਤ ਠਹਿਰੇ ਸੀ, ਤੇ ਜਦੋਂ ਦੇਖਿਆ ਵੀ ਗੁਰੂ ਸਾਹਿਬ ਦਾ ਜਿਹੜਾ ਸੋਖਾ ਸਿੰਘ ਸਾਹਿਬ ਆ ਉਹ ਥੱਲੇ ਆ ਤੇ ਉੱਪਰ ਆਦਮੀ ਰਹਿ ਰਹੇ ਆ, ਉੱਪਰ ਜੋੜੇ ਜੁੱਤੀਆਂ ਸਭ ਤੋਂ ਪਈਆਂ ਹੀ, ਅਸੀਂ ਜਾ ਕੇ ਉਹਨੂੰ ਖਾਲੀ ਕਰਵਾਇਆ। ਤੇ ਹੁਣ ਇਹਨਾਂ ਨੂੰ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨਿਆਂ ਨੂੰ ਅਸੀਂ ਨਿਮਰਤਾ ਸਿੰਘ ਇੱਕ ਵਾਰੀ ਬੇਨਤੀ ਕਰਦੀ ਆ ਵੀ ਇਹ ਜਿਹੜਾ ਕਮਰਾ ਇਹਨੂੰ ਖਾਲੀ ਕੀਤਾ ਜਾਵੇ, ਕਿਉਂਕਿ ਗੁਰੂ ਮਹਾਰਾਜ ਦਾ ਸਤਿਕਾਰ ਜਿੰਨਾ ਕੀ ਕਰਨਾ ਜੀ, ਅਸੀਂ ਇਸ ਤਰ੍ਹਾਂ ਦੀ ਅਰਜੀ ਕਰ ਲੈ ਕੇ ਤੇ ਫਿਰ ਕੀ ਬਣੂਗਾ ਸਾਡਾ। ਅਸੀਂ ਇਹਨੂੰ ਬੇਨਤੀ ਕਰਦੇ, ਪ੍ਰਧਾਨ ਸਾਹਿਬ ਨੇ ਸਾਡੀ ਬੇਨਤੀ ਤੇ ਮੰਨ ਲਈ ਆ, ਤੇ ਵੇਖਦੇ ਆ ਵੀ ਕੱਲ ਉਹ ਇਹ ਕਮਰਾ ਖਾਲੀ ਕਰਦੇ ਆ, ਜੇ ਨਹੀਂ ਕਰਦੇ ਤੇ ਫਿਰ ਅਸੀਂ ਜਿਹੜੀ ਬਣਦੀ ਕਾਰਵਾਈ ਆ ਜੋ ਵੀ, ਜੇ ਅਗਰ ਪਰਚਾ ਕਰਾਉਣ ਦੀ ਲੋੜ ਪਈ ਉਹ ਵੀ ਪਰਚਾ ਵੀ ਕਰਾਵਾਂਗੇ। ਨਹੀਂ ਉਦਾਂ ਹੀ ਇਹਨਾਂ ਤੇ ਕਰਾ ਦਾਂਗੇ, ਠੂਕ ਦੇ ਇਹਨਾਂ ਨੂੰ ਆਪਾਂ, ਜੇ ਕਰਨਗੇ ਤਾਂ ਕੁਝ ਇਹ ਮੰਨਦੇ ਆ ਠੀਕ ਆ, ਜੇ ਨਹੀਂ ਮੰਨਣਗੇ ਤੇ ਫਿਰ ਗੁਰੂ ਬਾਜ ਜੋ ਵੀ ਸਾਨੂੰ ਗੁਰੂ ਸਾਹਿਬ ਵੱਲੋਂ ਹੁਕਮ ਲੱਗੇਗਾ ਅਸੀਂ ਉਹ ਜਿਹੜੀ ਸੇਵਾ ਕਰਾਂਗੇ ਆਪਾਂ, ਅਸੀਂ ਕਰਾਵਾਂਗੇ। ਇਹ ਮਸਲਾ ਕਾਲਤਾ ਸਾਹਿਬ ਹੀ ਪਹੁੰਚ ਸਕਦਾ ਜੇ ਨਾ ਇਹਨਾਂ ਖਾਲੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਬਾਬਾ ਜੀ, ਬੰਦ ਕਿੱਦਾਂ ਕਰਤਾ? ਉੱਪਰ ਤਾਂ ਜੁੱਤੀਆਂ ਆਪਾਂ ਕੱਢੀਆਂ, ਬੰਦੇ ਬਾਹਰ ਕੱਢੇ ਆਪਾਂ ਹੁਣ ਤੁਹਾਡੇ ਕਮਰੇ ਚ ਉੱਥੋਂ, ਤੇ ਚਲੋ ਬਾਹਰ। ਤੁਸੀਂ ਕਿਰਾਏ ਤੇ ਦਿੱਤਾ ਕਮਰਾ ਉੱਪਰ ਉਹ? ਹਾਂਜੀ, ਅੱਛਾ ਜੀ। ਪ੍ਰਧਾਨ ਜੀ, ਸਾਡੀ ਬੇਨਤੀ ਆ, ਆਪਾਂ ਉਹਨਾਂ ਨੂੰ ਕਹਿ ਤਾ ਵੀ ਇੱਥੇ ਸੋਣਾ ਨੀ ਤੁਸੀਂ ਅੰਦਰ, ਹੁਣ ਤੁਸੀਂ ਉਹ ਕਮਰੇ ਜਿਹੜੇ ਖਾਲੀ ਆ ਕਿਰਾਏ ਤੇ ਚਾੜੇ, ਉਹਨਾਂ ਨੂੰ ਕਿਰਾਏ ਤੇ ਦਿਓ, ਤੇ ਬੇਅਦਬੀ ਵੀ ਨੀ ਮਹਾਰਾਜ ਦੀ ਕਰਨੀ। ਉੱਪਰ ਮਹਾਰਾਜ ਦੇ ਜਿਹੜੇ ਸਰੂਪਾਂ ਦੇ ਉੱਪਰ ਕਮਰਾ ਜਿਹੜਾ ਉੱਪਰ ਚੜੇ ਜੋੜੇ ਪਾ ਕੇ ਕਮਰੇ ਦੇ ਵਿੱਚ,
हां सवेरे खाली होगा ते बाबा जी साडी बेनती आ ते हुण अंदर ना कोई बड़े क्योंकि महाराज आपां देख लिया आपां वीडियो सारी कर ली है भी हुण हुण एक बार तुहानूं आपां दस दित्ता बिलकुल अंदर ना जाण कोई भी कोठे ते।